ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾਉਣ ਜਾ ਰਹੇ ਹਾਂ ਬਠਿੰਡਾ ਦੇ ਇਸ ਰੈੱਡ ਕ੍ਰਾਸ ਪੰਘੂੜੇ ਦੀ ਇੱਕ ਦਿਲਚਸਪ ਕਹਾਣੀ। ਬਠਿੰਡਾ ਦੇ ਇਸ ਰੈੱਡ ਕ੍ਰਾਸ ਪੰਘੂੜੇ ਦੇ ਵਿੱਚ ਅਕਸਰ ਕੁਝ ਮਾਪੇ ਆਪਣੇ ਬੱਚਿਆਂ ਨੂੰ ਇੱਕ ਬੇਲੋੜੀ ਵਸਤੂ ਦੀ ਤਰ੍ਹਾਂ ਸੁੱਟ ਕੇ ਚਲੇ ਜਾਂਦੇ ਨੇ ਅਤੇ ਇਹਨਾਂ ਬਦਨਸੀਬ ਬੱਚਿਆਂ ਦੀ ਗਿਣਤੀ ਹੁਣ ਤੱਕ 50 ਤੋਂ ਟੱਪ ਚੁੱਕੀ ਹੈ। ਪਰ ਜੋ ਕਹਾਣੀ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਕਹਾਣੀ ਅਜਿਹਾ ਕਰਨ ਵਾਲੇ ਮਾਪਿਆਂ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਤਾਂ ਹੈ ਹੀ ਅਤੇ ਨਾਲ ਹੀ ਇਹ ਵੀ ਸਿੱਧ ਕਰਦੀ ਹੈ ਕੋਈ ਕੁਝ ਵੀ ਕਰ ਲਵੇ ਕਿ ਕਿਸੇ ਦੀ ਕੋਈ ਕਿਸਮਤ ਨਹੀਂ ਧੋ ਸਕਦਾ। ਇਹ ਜੋ ਹੱਸਦੀਆਂ ਖੇਡਦੀਆਂ ਦੋ ਬੱਚੀਆਂ ਤੁਸੀਂ ਦੇਖ ਰਹੇ ਹੋ ਇਹ ਹਨ ਰਹਿਮਤ ਤੇ ਹੁਨਰ ਤੇ ਦੋਵਾਂ ਨੂੰ ਜਨਮ ਲੈਂਦਿਆਂ ਹੀ ਆਪਣੇ ਮਾਪਿਆਂ ਦਾ ਪਿਆਰ ਨਹੀਂ ਬਲਕਿ ਦੁਰਕਾਰ ਮਿਲਿਆ ਤੇ ਇਸ ਵੇਲੇ ਇਹ ਦੋਵੇਂ ਬਠਿੰਡਾ ਦੇ ਨਥਾਣਾ ਸਥਿਤ ਸ਼੍ਰੀ ਅਨੰਤ ਨਾਥ ਆਸ਼ਰਮ ਦਾ ਸ਼ਿੰਗਾਰ ਨੇ। ਵੱਡੀ ਬੱਚੀ ਰਹਿਮਤ ਇਸ ਵੇਲੇ 2.5 ਸਾਲ ਦੀ ਹੋ ਗਈ ਹੈ ਤੇ ਦੂਜੀ ਬੱਚੀ ਹੁਨਰ 2 ਸਾਲ ਦੀ ਹੈ। ਇਹਨਾਂ ਨੂੰ ਇਹਨਾਂ ਦੇ ਮਾਪੇ ਪੰਘੂੜੇ 'ਚ ਰੱਖ ਕੇ ਚਲੇ ਗਏ ਸਨ। ਇਹਨਾਂ ਦੇ ਮਾਪਿਆਂ ਨੇ ਭਾਵੇਂ ਘੱਟ ਨਹੀਂ ਕੀਤੀ, ਜੰਮਦਿਆਂ ਹੀ ਇਹਨਾਂ ਨੂੰ ਦੁਨੀਆਂ ਤੋਂ ਅੱਖ ਬਚਾ ਕੇ ਪੰਘੂੜੇ 'ਚ ਜਾ ਰੱਖਿਆ ਤੇ ਜਿਵੇਂ ਕੁਦਰਤ ਨੇ ਉਹਨਾਂ ਨੂੰ ਕੋਈ ਗਲਤ ਚੀਜ਼ ਦੇ ਦਿੱਤੀ ਹੋਵੇ। ਪਰ ਕਹਿੰਦੇ ਨੇ ਕਿ ਕਿਸਮਤ ਤਾਂ ਉਹਨਾਂ ਦੇ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ। ਇਹ ਦੋਵੇਂ ਬੱਚੀਆਂ ਅਖੀਰ ਕਿਸਮਤ ਦੀਆਂ ਧਨੀ ਨਿਕਲੀਆਂ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਤੇ ਖੁਸ਼ ਵੀ ਕਿ ਇਹਨਾਂ ਦੋਵਾਂ ਨੂੰ ਵੱਖੋ ਵੱਖ NRI ਪਰਿਵਾਰਾਂ ਨੇ ਗੋਦ ਲੈ ਲਿਆ। ਵੱਡੀ ਬੱਚੀ ਰਹਿਮਤ ਅਮਰੀਕਾ ਜਾਵੇਗੀ ਤੇ ਛੋਟੀ ਬੱਚੀ ਹੁਨਰ ਨੂੰ ਸਪੇਨ ਦੇ NRI ਪਰਿਵਾਰ ਨੇ ਗੋਦ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੱਕ ਬੱਚੀ ਸੀਗੀ ਸਾਡੇ ਕੋਲ, ਉਹ ਜਦੋਂ ਆਈ ਸੀ ਬੇਬੀ ਹੁਨਰ ਜਿਹੜੀ ਕਿ ਸਪੇਨ ਜਾ ਰਹੀ ਹੈ, ਉਦੋਂ 8-9 ਮਹੀਨਿਆਂ ਦੀ ਸੀ। ਉਹ ਬੱਚੀ ਦੇ ਰਸੌਲੀ ਸੀ ਸ਼ਾਇਦ, ਅਤੇ ਇਸ ਕਰਕੇ ਪੇਰੈਂਟਸ ਨੇ ਉਹਨਾਂ ਨੇ ਪੰਘੂੜੇ ਵਿੱਚ ਪਾਤਾ। ਉਹ ਬੱਚੀ ਦਾ ਅਸੀਂ ਇਲਾਜ ਕਰਵਾਇਆ ਗਿਆ ਰਸੌਲੀ ਤੋਂ, ਉਸ ਤੋਂ ਬਾਅਦ ਜਦੋਂ ਮੈਡੀਕਲੀ ਫਿੱਟ ਹੋ ਗਈ ਉਹਨੂੰ ਲੀਗਲੀ ਫ੍ਰੀ ਕੀਤਾ ਗਿਆ ਅਤੇ ਉਹ ਬੱਚੀ ਸਪੇਨ ਜਾ ਰਹੀ ਹੈ। ਅਤੇ ਜਿਹੜੀ ਬੇਬੀ ਹੁਣ ਰਹਿਮਤ ਹੈ ਉਹ USA ਜਾ ਰਹੀ ਹੈ। ਉਹ ਬੱਚੀ 7 ਮਾਹੀ ਸੀ ਤਾਂ ਉਹਦੀ ਉਦੋਂ ਬਹੁਤ ਕ੍ਰਿਟੀਕਲ ਕੰਡੀਸ਼ਨ ਸੀਗੀ। ਉਸਨੂੰ ਅਸੀਂ ਸਿਵਲ ਹੋਸਪਿਟਲ 'ਚ ਟ੍ਰੀਟਮੈਂਟ ਕਰਵਾਇਆ, ਜਦੋਂ ਮੈਡੀਕਲੀ ਫਿੱਟ ਹੋ ਗਈ ਉਸ ਤੋਂ ਬਾਅਦ ਅਸੀਂ ਇੱਥੇ ਸ਼ਿਫਟ ਕੀਤਾ। ਹੁਣ ਬੱਚੀਆਂ ਦੋਨੇ ਬਹੁਤ ਤੰਦਰੁਸਤ ਨੇ ਅਤੇ ਬੱਚੀਆਂ ਦਾ ਪ੍ਰੋਸੈਸ ਚੱਲ ਰਿਹਾ। ਲਗਭਗ 4-5 ਮਹੀਨਿਆਂ 'ਚ ਇਹਨਾਂ ਦੀ ਅਡੋਪਸ਼ਨ ਪ੍ਰੋਸੈਸ ਕੰਪਲੀਟ ਹੋ ਜਾਏਗਾ ਅਤੇ ਬੱਚੀਆਂ ਚਲੀਆਂ ਜਾਣਗੀਆਂ ਆਪਣੇ ਪੇਰੈਂਟਸ ਕੋਲ। ਦੂਜੇ ਪਾਸੇ ਆਸ਼ਰਮ ਦੇ ਪ੍ਰਬੰਧਕ ਵੀ ਸਾਧਨ ਸੰਪੰਨ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀਆਂ ਇਹਨਾਂ ਬੱਚੀਆਂ ਦੀ ਕਿਸਮਤ ਤੋਂ ਖੁਸ਼ ਨੇ। ਬਹੁਤ ਹੀ ਵਧੀਆ ਉਪਰਾਲਾ, ਔਰ ਹਾਕਾਂ ਮਾਰ ਕੇ ਲੋਕਾਂ ਨੂੰ ਕਹਿੰਦੇ ਹਾਂ ਵੀ ਇਹਨਾਂ ਨੂੰ ਮਾਰੋ ਨਾ, ਇਹਨਾਂ ਨੂੰ ਸੁੱਟੋ ਨਾ, ਸਾਨੂੰ ਦੇ ਦਿਓ। ਔਰ ਇੱਥੇ ਜਿਹੜੀਆਂ ਵੀ ਬੱਚੀਆਂ ਆਈਆਂ ਉਹਨਾਂ ਦੀ ਬਹੁਤ ਹੀ ਚੰਗੇ ਤਰੀਕੇ ਨਾਲ ਟੇਕ ਕੇਅਰ ਰੱਖਿਆ ਵੀ ਆ। ਹਰੇਕ ਬੱਚੀ 'ਤੇ ਇੱਕ 'ਤੇ ਇੱਕ ਰੱਖੀ ਵੀ ਆ, ਉਹਦੇ ਨਾਲ ਸਾਰਾ ਮਤਲਬ ਬਹੁਤ ਵਧੀਆ ਸਿਸਟਮ ਦਾਨੀ ਸੱਜਣਾਂ ਦੇ ਨਾਲ ਚੱਲ ਰਿਹਾ। ਬਠਿੰਡਾ ਦੇ ਇਸ ਪੰਘੂੜੇ 'ਚ ਹੁਣ ਤੱਕ 54 ਬੱਚੇ ਰੱਖੇ ਜਾ ਚੁੱਕੇ ਹਨ, ਇਹਨਾਂ 'ਚੋਂ 40 ਤੋਂ ਵੱਧ ਬੱਚੀਆਂ ਸ਼ਾਮਲ ਨੇ। ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਪੰਘੂੜਾ ਨਾ ਹੁੰਦਾ ਤਾਂ ਸ਼ਾਇਦ ਇਹ 54 ਬੱਚੇ ਸਵਾਰਥੀ ਮਾਪਿਆਂ ਵੱਲੋਂ ਕੂੜੇ ਦੇ ਢੇਰਾਂ 'ਚ ਸੁੱਟ ਦਿੱਤੇ ਜਾਂਦੇ। ਸੋ ਜ਼ਾਹਿਰ ਹੈ ਜਦੋਂ ਸਮੇਂ ਦੇ ਇਸ ਦੌਰ ਵਿੱਚ ਮਾਪੇ ਆਪਣੀ ਔਲਾਦ ਨੂੰ ਵਿਦੇਸ਼ ਭੇਜਣ ਲਈ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ, ਉਸ ਵੇਲੇ ਬਠਿੰਡਾ ਦੇ ਇਸ ਪੰਘੂੜੇ ਵਿੱਚ ਕਿਸੇ ਬੇਲੋੜੀ ਵਸਤੂ ਵਾਂਗ ਸਿੱਟੀਆਂ ਦੋ ਧੀਆਂ ਜਲਦੀ ਹੀ ਆਪਣੀ ਕਿਸਮਤ ਦੀ ਬਦੌਲਤ ਵਿਦੇਸ਼ ਜਾ ਰਹੀਆਂ ਨੇ ਅਤੇ ਇਹ ਧੀਆਂ ਪ੍ਰਤੀ ਮਾੜੀ ਸੋਚ ਰੱਖਣ ਵਾਲੇ ਮਾਪਿਆਂ ਦੇ ਮੂੰਹ 'ਤੇ ਸਮੇਂ ਦੀ ਇੱਕ ਕਰਾਰੀ ਚਪੇੜ ਕਹੀ ਜਾ ਸਕਦੀ ਹੈ। ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ। ਆਸਟ੍ਰੇਲੀਆ ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ ਸਾਡੇ 5 ਭੈਣ ਸਾਡੇ 5 ਭੈਣ ਥੋੜੇ ਹੁੰਦੇ ਚੱਲ ਚੱਲ ਸਾਡੇ 5 ਭੈਣ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਆ ਪਰ 5 ਸਾਲ ਦਾ ਗੈਪ
ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਹੈਗੀ ਚੱਲ ਬੈਠ ਜਾ ਕੇ ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374 75 ਸੈਕਟਰ 17D ਚੰਡੀਗੜ੍ਹ ਕੰਟੈਕਟ 0181 5044999